ਅਸਲਾਮ ਅਲੈਕਮ ਸਾਰਿਆਂ ਭਰਾਵਾਂ ਨੂੰ, ਸਾਰਿਆਂ ਵੀਰਾਂ ਨੂੰ। ਕੀ ਹਾਲ ਹੈ ਵੀਰ ਜੀ? ਠੀਕ ਠਾਕ ਹੋ? ਉਮੀਦ ਕਰਨਾ ਮੇਰੇ ਭਰਾ ਸਾਰੇ ਠੀਕ ਠਾਕ ਹੋਣਗੇ। ਅੱਜ ਦੇ ਵੀਰ ਜੀ, ਮੈਂ ਨਾ ਉੱਥੇ ਹਵੇਲੀ ਨਹੀਂ ਗਿਆ, ਨਾਲੇ ਇਤਵਾਰ ਸੀ ਤੇ ਅੱਜ ਫਿਰ ਮੈਂ ਘਰ ਸਾਂ, ਤੇ ਮੈਂ ਕਿਹਾ ਸੋਚਿਆ ਚਲੋ ਘਰ ਦਾ ਹੀ ਵਲੋਗ ਬਣਾ ਲੈਂਦੇ। ਜਿਹੜੇ ਥੱਲੇ ਡੰਗਰ ਬੱਝੇ ਨੇ ਹਵੇਲੀ ਆਪਣੀ, ਉਹ ਜਾਨਵਰ ਛੋਟੇ ਤੁਹਾਨੂੰ ਵਹਾਨੇ ਆ, ਤੇ ਨਾਲੇ ਸਾਡੇ ਨਾਲ ਰਵੋ, ਸ਼ੌਂਕ ਕਰੋ, ਵੀਡੀਓ ਨੂੰ ਜ਼ਿਆਦਾ ਜ਼ਿਆਦਾ ਲਾਈਕ ਕਰਨਾ, ਸ਼ੇਅਰ ਕਰਨਾ ਤੇ ਬੈਲ ਨੂੰ ਦਬਾ ਲੈਣਾ। ਬੜਾ ਪਿਆਰ ਦੇ ਰਹੇ ਨੇ ਵੀਰ, ਬੜੇ ਆਪਣੇ ਵੀਰ ਸਾਡੇ ਭਰਾ ਸਾਨੂੰ ਪਿਆਰ ਦੇ ਰਹੇ ਨੇ, ਇਹਨਾਂ ਦੀਆਂ ਮੁਹੱਬਤਾਂ ਨੇ, ਇਹਨਾਂ ਦੀ ਚਾਹਤ ਏ। ਸਾਡੇ ਪੰਜਾਬ ਦੇ ਬੜੇ ਵੀਰ ਸਾਡੇ ਵੀਡੀਓ ਦੇਖ ਰਹੇ ਨੇ, ਤੇ ਲਹਿੰਦੇ ਜੀ ਵੀ ਦੇਖ ਰਹੇ ਨੇ, ਤੇ ਬਾਹਰ ਅੰਦਰ ਜਿਹੜੇ ਵੀ ਸਾਡੇ ਭਰਾ, ਉਹਨਾਂ ਨੂੰ ਮੈਂ ਬਹੁਤ ਸ਼ੁਕਰਗੁਜ਼ਾਰ ਆ ਸਾਡੀ ਜਿਹੜੇ ਵੀਡੀਓ ਵੇਖਦੇ ਨੇ। ਤੇ ਵੀਡੀਓ ਵੇਖੋ, ਹੁਣ ਮੈਂ ਆਪਣੇ ਡੰਗਰਾਂ ਦੇ ਨਾਲ ਪੱਠੇ ਪੁੱਠੇ ਪਾ ਤੇ ਇਹਨਾਂ ਨੂੰ, ਹੁਣ ਈਜ਼ੀ ਆ। ਹੁਣ ਮੈਂ ਤੁਹਾਨੂੰ ਨਾਲ ਵਹਾਨਾ ਵਾ, ਗਾਂ ਦੀ ਚਵਾਈ ਕਰਨ ਲੱਗੇ ਆ, ਸਾਡੇ ਨਾਲ ਜੁੜੇ ਰਹਿਣਾ, ਵੀਡੀਓ ਸਾਰੀ ਵੇਖ। ਚਲੋ ਜੀ, ਆ ਹੁਣ ਚਵਾਈ ਕਰਨ ਲੱਗੇ। ਇਹ ਜੀ ਬੱਕਰੀਆਂ ਬੈਠੀਆਂ ਨੇ, ਅੱਗ ਬੱਜ ਗਈ ਬੱਕਰੀਆਂ ਦੇ ਕੋਲ, ਵੇਖੋ ਤੁਹਾਡੇ ਸਾਹਮਣੇ ਵੇਖ ਲਓ। ਮੇਰਾ ਜਾਨਵਰ ਜਿਹੜੇ ਮੇਰੇ ਘਰ ਨੇ, ਵੀ ਆ ਬੱਕਰੀ ਜਿਹੜੀ ਨਾ, ਦੇਖੋ ਠੰਡ ਮੈਂ ਸਰਦੀ ਪੈ ਰਹੀ ਹੈ। ਗਾਂ ਤਿਆਰ ਹੈ ਪੂਰੀ, ਗਾਂ ਦੀ ਚੋਲਾ ਬਾਜਾ ਮਾਰਦੀ ਪਈ ਹੈ, ਗਾਂ ਲੱਗੀ ਅਸੀਂ, ਗਾਂ ਅਸੀਂ ਹੁਣ ਆਉਣ ਲੱਗੇ ਹਾਂ ਭਾਜੀ। ਹਾਂਜੀ ਭਾਈ ਜੀ, ਗਾਂ ਚੋਣ ਲੱਗੇ ਹਾਂ ਤੇ ਸਾਡੇ ਨਾਲ ਜੁੜੇ ਨੇ। ਇੱਧਰ ਬਾਹਰ ਆ ਜਾ, ਉੱਧਰ ਝੋਕ ਲਓ, ਨੀ ਪੁੱਛੋ ਝੋਕ ਲਓ ਭਾਈ। ਬਸ ਬਸ ਬਸ, ਮਾਰਲਾ ਮਾਰਲਾ ਲੱਤ ਉਹਨੂੰ, ਗੜਵਾ ਲਿਆ ਇੱਧਰ ਫੜ ਕੇ। ਚਲੋ ਪਾਣੀ ਲਿਆ ਥਾਂ ਧੋਈਏ। ਆਹੋ ਸਭ ਤੋਂ ਪਹਿਲੇ ਗਾਂ ਦੇ ਥਣ ਧੋਵਾਂਗੇ ਅਸੀਂ। ਦੇਖੋ ਜੀ, ਮੱਛੀ ਆਪਣੀ ਮਾਂ ਨੂੰ ਚੱਕਣ ਡਈ ਹੈ, ਮਾਂ ਦੀ ਮਾਂ ਨਾਲ ਖਲੋ ਰਹੀ ਹੈ ਮੱਛੀ। ਦੇਖੋ ਮੱਛਾ ਵੀ ਮੂੰਹ ਦੇ ਮੂੰਹ ਰੱਖਿਆ, ਮੱਛਾ ਜਿਹੜਾ ਨਾ, ਦੇਖੋ ਜਰਾ ਅੱਲਾ ਸੋਹਣੇ ਨੇ ਪਿਆਰ ਕਰਾ ਤਾ,
ਤਗੜਾ ਹੋ ਗਿਆ। ਮੋਤੀ ਵਾਹ ਜੀ, ਲੱਗਦੀ ਠੰਡ ਇਹਨਾਂ ਨੇ ਹੁਣ ਆ ਗਏ ਨਾ, ਉਹ ਲੱਗ ਕੇ ਬੈਠੇ ਆਲੇ ਦੁਆਲੇ ਇਹਨਾਂ ਨੇ ਮੈਂ ਰਮਾਨ ਨਲਾ ਇਹ ਬਾਲਦੀ ਦੇ ਚਲੋ ਚੰਗਾ ਜੀ ਭਾਜੀ ਬੱਚੇ ਅੱਗ ਬਾਲਣ ਡਿਆ ਨੇ ਹੁਣ ਤੱਕ ਇਹਨਾਂ ਨੇ ਬੱਕਰੀਆਂ ਵੀ ਸੇਕਣੀਆਂ ਤੇ ਆਪ ਬਹੁਤ ਸਮਝਦਾਰ ਬੱਚੇ ਇਹਨਾਂ ਦਾ। ਉਹ ਕੰਧ ਟੱਪ ਅੱਜ ਵੱਛੀ ਛੱਡ ਦਿੱਤੀ ਅਸੀਂ ਥੱਲੇ ਗਾਂ ਚੋਈ ਗਈ ਹੈ, ਹੁਣ ਵੱਛੀ ਨੂੰ ਦੁੱਧ ਪਿਆਏਗੀ ਆਪਣੀ
ਸਾਰਾ ਕੰਮ ਜੀ ਨਿਬੜ ਗਿਆ, ਗਾਂ ਦੁੱਧ ਚਵਾ ਲਿਆ, ਮੱਛੀ ਨਿਬੜ ਗਿਆ, ਕੰਮ ਦੇ ਆਉਣ ਜੀ ਆਪਣਾ ਜਾਵੇ ਮੰਗ ਲਿਆ ਜਾਵੇ ਦੁਆ ਸਲਾਮ।